ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਦੇ ਵਿੱਚ ਜੋ UK ਤੋਂ ਮਰੀਜ਼ ਜੰਡਿਆਲਾ ਗੁਰੂ ਸਾਹਿਬ ਵਾਪਸ ਪਰਤਿਆ ਸੀ, ਜੋ ਸਟੱਡੀ ਬੇਸ 'ਤੇ ਕੰਮ ਕਰਦਾ ਸੀ, ਉਸਦੀ ਜੋ ਵੀ ਰਿਪੋਰਟ ਕੀਤੀ ਗਈ ਆ, ਰਿਪੋਰਟ ਪੋਜ਼ੀਟਿਵ ਆਉਣ ਦੇ ਕਾਰਨ ਸਾਰਾ ਹੀ ਜੰਡਿਆਲਾ ਗੁਰੂ ਪੰਜਾਬ ਪੁਲਿਸ ਵੱਲੋਂ ਮੁਕੰਮਲ ਤੌਰ 'ਤੇ ਸੀਲ ਕਰ ਦਿੱਤਾ ਹੈ। ਉਸ ਵੇਲੇ ਮੌਕੇ 'ਤੇ ਅਫਸਰਾਂ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਜੰਡਿਆਲੇ ਸ਼ਹਿਰ ਤੋਂ ਹੀ ਨੇ ਇੱਕ ਆਦਮੀ ਨਿਕਲਿਆ ਆ, ਜਿਹਦਾ ਨਾਂ ਸਹਿਲ ਆ। ਇਹ ਇੰਗਲੈਂਡ ਤੋਂ ਪੜ੍ਹ ਕੇ ਆਇਆ ਸੀ ਅਤੇ ਇਹਦਾ 26 ਤਰੀਕ ਨੂੰ, ਪਿਛਲੇ ਮੰਥ ਦੀ ਨੂੰ 26 ਨੂੰ ਇਹਦਾ ਟੈਸਟ ਵੀ ਹੋਇਆ ਸੀ, ਬਟ ਉਦੋਂ ਇਹ ਜਿਹੜਾ ਹੈਗਾ ਸੀ ਉਦੋਂ ਨੈਗੇਟਿਵ ਆਇਆ ਸੀ। ਫਿਰ ਇਹਨੂੰ ਟੈਂਪਰੇਚਰ ਹੋਇਆ 3-4 ਦਿਨ ਬਾਅਦ ਹੀ, ਅਤੇ 7 ਤਰੀਕ ਨੂੰ ਇਹ ਦੁਬਾਰਾ ਐਡਮਿਟ ਹੋਇਆ ਅਤੇ ਉਹਦੇ ਵਿੱਚ ਇਹਦਾ ਪੋਜ਼ੀਟਿਵ ਆਇਆ। ਹਾਂਜੀ, ਇਹ ਕੰਮ ਕੀ ਕਰਦੇ ਸੀ ਸਾਰੇ ਇੱਥੇ? ਕੰਮ ਇਹ ਸਟੱਡੀ 'ਤੇ ਗਿਆ ਸੀ ਇੰਗਲੈਂਡ, ਬਟ ਇਹਨਾਂ ਦੀ ਉਸ ਤਰ੍ਹਾਂ ਡੇਅਰੀ ਵਗੈਰਾ ਹੈਗੀ ਆ, ਕਰਿਆਨੇ ਦਾ ਸਟੋਰ ਹੈ ਇਹਨਾਂ ਦਾ। ਅਤੇ ਕਰਿਆਨੇ ਤੋਂ ਇਲਾਵਾ ਹੋਰ ਕੋਈ ਪਾਏ ਗਏ ਬਾਅਦ 'ਚੋਂ? ਨਹੀਂ, ਹੋਰ ਇਹਨਾਂ ਦੇ 13 ਜੀਅ ਜਿਹੜੇ ਸੀ ਉਹ ਟੈਸਟ ਵਾਸਤੇ ਖੜ੍ਹੇ ਸੀ ਗੁਰੂ ਨਾਨਕ ਹੋਸਪਿਟਲ, ਜਿਹਦੇ ਵਿੱਚੋਂ ਰਾਤੀ 9 ਜਣਿਆਂ ਦੀ ਰਿਪੋਰਟ ਆ ਗਈ ਸੀ ਅਤੇ ਜਿਹੜੀ 4-5 ਜਣਿਆਂ ਦੀ ਰਿਪੋਰਟ ਨਹੀਂ ਆਈ ਉਹ ਅੱਜ ਆ ਜਾਏਗੀ। ਅੱਜ ਆ ਜਾਏਗੀ। ਹਾਂਜੀ, ਨੈਗੇਟਿਵ ਪਾਏ ਗਏ ਜਿਹੜੇ 4-5? ਹਾਂਜੀ, ਜਿਹੜੇ 9 ਜਣੇ ਸੀ ਉਹ ਨੈਗੇਟਿਵ ਪਾਏ ਗਏ ਸੀ ਅਤੇ 4-5 ਬਾਰੇ ਜੇ ਪਤਾ ਲੱਗੇਗਾ ਫਿਰ ਹੀ ਦੱਸ ਸਕਦੇ ਹਾਂ। ਠੀਕ ਹੈ ਸਰ, ਅਤੇ ਇਹਨਾਂ ਦਾ ਕਿਹੜੀ ਗਲੀ ਹੈ ਜੀ ਸਰ ਇੱਥੋਂ? ਇਹ ਇਹਨਾਂ ਦਾ ਹੈਗਾ ਜੀ ਇੱਥੋਂ ਵੈਰੋਵਾਲ ਰੋਡ ਇਹਨੂੰ ਬੋਲਦੇ ਹਾਂ ਆਪਾਂ, ਮੇਨ ਇੱਥੋਂ ਬਾਜ਼ਾਰ ਹੀ ਹੈ ਸਿੱਧਾ, ਜਦੋਂ ਜਾਂਦੇ ਨਾ ਆਪਾਂ ਜੀ ਸਿੱਧਾ ਮੇਨ ਬਾਜ਼ਾਰ ਦੇ ਉੱਤੇ ਹੀ ਇਹਨਾਂ ਦਾ ਘਰ ਆ। ਅਤੇ ਰਾਤ ਇਹਨਾਂ ਨੂੰ ਜਿਹੜਾ ਇਹਨਾਂ ਨੇ ਗੁਰੂ ਨਾਨਕ ਹੋਸਪਿਟਲ ਵਾਲੇ ਨੇ ਰਾਤ ਇਹਨਾਂ ਨੂੰ ਡਿਸਚਾਰਜ ਕਰ ਦਿੱਤਾ ਸੀ ਕਿ ਜਿਹੜੇ ਜਿਨ੍ਹਾਂ ਦਾ ਨੈਗੇਟਿਵ ਆਇਆ ਉਹ ਸਾਰੇ ਘਰ ਜਾ ਸਕਦੇ ਆ। ਉਸ ਟਾਈਮ 'ਤੇ ਰਾਤ ਇਹਨਾਂ ਨੂੰ ਕੋਈ ਵੀ ਵਹੀਕਲ ਨਹੀਂ ਮਿਲਿਆ, ਜੇ ਪ੍ਰਸ਼ਾਸਨ ਨੇ ਕੋਈ ਇਹਨਾਂ ਦਾ ਅਰੇਂਜ ਨਹੀਂ ਕਰਕੇ ਦਿੱਤਾ, ਨਾ ਹੋਸਪਿਟਲ ਵਾਲਿਆਂ ਅਰੇਂਜ ਕਰਕੇ ਦਿੱਤਾ, ਕੋਈ ਗੱਡੀ ਨਹੀਂ ਦਿੱਤੀ ਇਹਨਾਂ ਨੂੰ। ਤਾਂ ਉਹ ਅਸੀਂ ਰਾਤ 12 ਵਜੇ ਆਪ ਆਪਣੀ ਗੱਡੀ ਖੜ੍ਹ ਕੇ ਆਪਣੀ ਪੁਲਿਸ ਦੀ ਅਤੇ ਉਹਦੇ ਵਿੱਚ ਲੈ ਕੇ ਆਏ ਇਹਨਾਂ ਨੂੰ। ਬਹੁਤ ਵਧੀਆ ਕੀਤਾ ਸਰ। ਉਹ ਚਲੋ ਉਹ ਸਾਡੀ ਡਿਊਟੀ ਵੀ ਬਣਦੀ ਹੈ, ਜਦੋਂ ਕੋਈ ਵੀ ਨਹੀਂ ਅੱਗੇ ਆਉਂਦਾ ਪੁਲਿਸ ਨੇ ਤਾਂ ਫਿਰ ਅੱਗੇ ਜਾਣਾ ਹੀ ਹੈ। ਸਾਡੇ DSP ਸਾਹਿਬ ਜਿਹੜੇ ਬੜੇ ਐਕਟਿਵ ਹੈ, ਉਹਨਾਂ ਨੇ ਰਾਤ ਕਿਹਾ ਵੀ ਹੁਣ ਉਹਨਾਂ ਨੂੰ ਆਪਾਂ ਹੀ ਲੈ ਕੇ ਆਈਏ। SSP ਸਾਹਿਬ ਵੀ ਜਿਹੜੇ ਸਾਡੇ, ਉਹ ਵੀ ਇਸ ਕੰਮ ਨੂੰ ਬਹੁਤ ਜ਼ਿਆਦਾ ਜਿਹੜਾ ਪਹਿਲ ਦਿੰਦੇ ਆ ਕਿ ਹਰ ਇੱਕ ਦੇ ਘਰ ਦੇ ਵਿੱਚ ਰਾਸ਼ਨ ਪਹੁੰਚਣਾ ਚਾਹੀਦਾ, ਹਰ ਇੱਕ ਨੂੰ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੋਵੇ ਵੀ ਉੱਥੇ ਹਰ ਬੰਦਾ ਜਿਹੜਾ ਸਾਡਾ ਪੁਲਿਸ ਦਾ ਆ ਉਹ ਉੱਥੇ ਪਹੁੰਚੇ। ਇਸ ਤਰ੍ਹਾਂ ਹੀ ਸਕੀਮ ਵੀ ਪਿੱਛੇ ਜੇ ਬਣਾਈ ਆ ਜਿਹੜੀ ਸਾਡੇ ਸਾਰੇ ਪੰਜਾਬ 'ਚ ਹੀ ਚੱਲ ਰਹੀ ਆ, ਜਿਹੜੇ ਹਰ ਪਿੰਡ ਜਿਹੜਾ ਇੱਕ ਮੁਲਾਜ਼ਮ ਨੂੰ ਦਿੱਤਾ, ਜਿਵੇਂ ਕੋਈ NGO ASI ਆ ਜਾਂ ਕਾਂਸਟੇਬਲ ਆ, ਉਹਨਾਂ ਨੂੰ ਇੱਕ ਇੱਕ ਪਿੰਡ ਦਿੱਤਾ ਆ, ਉਹਦੇ ਰਾਹੀਂ ਵੀ ਸਾਨੂੰ ਸਾਰੀ ਇਨਫੋਰਮੇਸ਼ਨ ਮਿਲਦੀ ਆ। ਅਤੇ ਜੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਲੋੜ ਪੈਂਦੀ ਹੈ, ਕਿਸੇ ਨੂੰ ਰਾਸ਼ਨ ਦੀ ਲੋੜ ਪੈਂਦੀ ਆ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਕਿਸੇ ਨੂੰ ਐਮਰਜੈਂਸੀ ਕੋਈ ਪੈਂਦੀ ਹੈ, ਤਾਂ ਉਹ ਸਾਡੇ ਜਿਹੜੇ ਆ ਉਸੇ ਟਾਈਮ ਜਿਹੜੇ ਆ ਮੁਲਾਜ਼ਮ ਜਿਹੜਾ ਸਾਨੂੰ ਦੱਸਦਾ, ਸਾਡੇ ਅਫਸਰ ਨੂੰ ਦੱਸਦਾ, SSP ਸਾਹਿਬ ਨੂੰ ਜਾਂ DSP ਸਾਹਿਬ ਨੂੰ, ਅਤੇ ਉਸੇ ਟਾਈਮ ਹੀ ਆਪਾਂ ਉਹਦੀ ਹਰ ਤਰ੍ਹਾਂ ਦੀ ਲੋੜ ਪੂਰੀ ਕਰਦੇ ਹਾਂ। ਹਾਂਜੀ, ਸਹਿਲ ਇੱਥੇ ਨਾਲੇ ਪਹਿਲਵਾਨ ਡੇਰੀ ਇਹਨਾਂ ਦੀ ਅਤੇ ਕਰਿਆਨੇ ਦੁਕਾਨਾਂ ਵੀ ਹੈਗੀਆਂ, 10 ਦਿਨ ਨੈਗੇਟਿਵ ਆ ਗਏ ਇਹਨਾਂ ਦੇ, ਬਾਕੀ ਰਿਪੋਰਟ ਅੱਜ ਆਉਣ ਵਾਲੀ ਹੈ। ਅੱਜ ਰਿਪੋਰਟ ਆਉਣ ਵਾਲੀ? ਹਾਂਜੀ ਹਾਂਜੀ। ਨਾ ਕਬਰਬੰਦੀ ਆਉਣ ਜਾਣ ਦਿੱਤਾ ਜਾਂਦਾ ਕਿ? ਬਿਲਕੁਲ ਨਹੀਂ, ਬਿਲਕੁਲ ਸੀਲ ਕੀਤਾ ਇਲਾਕਾ ਹੈ ਇੰਨਾ ਏਰੀਆ ਨਾ, ਸੀਲ ਕੀਤਾ ਬਿਲਕੁਲ, ਕੋਈ ਨਹੀਂ ਆ ਸਕਦਾ। ਠੀਕ ਹੈ ਸਰ। ਹਾਂਜੀ, ਹੋਰ ਇਸ ਤੋਂ ਇਲਾਵਾ ਕੋਈ ਸਰ? ਬਸ ਠੀਕ, ਰਾਤ 1 ਵਜੇ ਲਿਆਂਦਾ ਸੀ ਪੁਲਿਸ ਪਾਲਟੀ ਜਾ ਕੇ SSP ਸਾਹਿਬ ਜੋ ਬਣਿਆ ਉਹ ਆਇਆ ਜੀ, ਬਾਕੀ 108 'ਤੇ ਕਾਲ ਕੀਤੀ ਉਹਨਾਂ ਨੇ, ਪਰਿਵਾਰ ਦੱਸਦੇ ਪਏ ਆ ਵੀ ਕੋਈ ਨਹੀਂ ਗੱਡੀ ਲੈਣ ਆਈ, ਅਤੇ ਪੁਲਿਸ ਪਾਲਟੀ ਗਈ, SSP ਸਾਹਿਬ ਗਏ ਇੱਥੋਂ ਲੈ ਕੇ ਗੱਡੀ 'ਤੇ, ਫਿਰ ਲੈ ਕੇ ਆਏ ਉਹਨਾਂ ਨੂੰ ਅਤੇ ਸਮਾਨ ਸਮੂਨ ਦੇ ਖਾਣ ਪੀਣ ਵਾਸਤੇ ਦਿੱਤਾ ਵਾ ਮੁੱਖ ਅਫਸਰ ਸਾਹਿਬ ਨੇ। ਅੱਛਾ ਜੀ। ਹਾਂਜੀ, ਅਤੇ ਜਿਹੜੇ ਫਸਟ ਹੀ ਪਾਏ ਗਏ ਜਿਹੜੇ ਇਹਨਾਂ ਦੇ ਮਰੀਜ਼, ਉਹ ਘਰ 'ਚ ਹੀ ਆ? ਪੋਜ਼ੀਟਿਵ ਪਾਏ ਗਏ? ਨੈਗੇਟਿਵ ਕਰੀ ਆ, ਉਹ ਕਰੀ ਆ ਜਿੱਦਾਂ ਉਹਨਾਂ ਦਾ ਰਾਸ਼ਨ ਪਾਣੀ ਪ੍ਰਬੰਧ ਜਿੱਦਾਂ? ਹਾਂਜੀ, ਪੁਲਿਸ ਕਰੀ ਹੈ, ਪੁਲਿਸ ਕਰੀ ਹੈ, ਟਾਣੇ ਵਾਲੇ ਕਰ। ਮਨਦੀਪ ਸਿੰਘ ਦੇ ਨਾਲ ਸੋਨੂੰ ਖਾਨਕੋਟ ਦੀ ਰਿਪੋਰਟ, ਪੰਜਾਬੀ ਐਕਟਿਵ TV, ਅੰਮ੍ਰਿਤਸਰ।